ਰਿਸ਼ਤੇਦਾਰ ਆਏ ਨੇ ਆਪਾਂ ਨੂੰ, ਹਾਂਜੀ, ਤੇ ਉਹਨਾਂ ਨੇ ਆਣ ਕੇ ਉਹ ਮੇਰੇ ਕੋਲ ਸਮਾਨ ਖਤਮ ਹੋ ਗਿਆ। ਉਸ ਵੇਲੇ ਮੈਂ ਭੰਡਾਰੀ ਮਹੱਲੇ ਰੇਹੜੀ ਲਗਾਉਂਦਾ ਸੀ, ਤੇ ਉਦੋਂ ਉਹਨਾਂ ਨੂੰ ਕੁਲਚਾ, ਜਦੋਂ ਉਹ ਕਹਿੰਦੇ ਵੀ ਜਗਦਮ ਹੀ ਆ ਗਏ, ਉਹ ਕਹਿੰਦੇ ਵੀ ਆਪਾਂ ਕੁਲਚਾ ਖਾਣਾ। ਮੈਂ ਰਿਸ਼ਤੇਦਾਰ, ਮੈਂ ਕਿਹਾ ਤੁਹਾਨੂੰ ਚਲੋ ਮੈਂ ਆ ਜਾਂਦਾ ਨਵੇਂ ਰੈਸਲੀ ਵਧਾ ਕੇ ਮੈਂ ਖਾਣਾ। ਉਹ ਫਿਰ ਮੈਂ ਉਹਨਾਂ ਨੂੰ ਉਦੋਂ ਲਾਇਆ ਕੁਲਚਾ, ਪਹਿਲਾਂ ਮੈਂ ਦੋ ਕੁਲਚੇ ਲਗਾਏ, ਮੈਂ ਕਿਹਾ ਟੇਸਟ ਲੱਗਣੇ ਕਿ ਨਹੀਂ ਲੱਗਣੇ, ਤੇ ਉਹ ਉਹਨਾਂ ਨੇ ਟੇਸਟ ਕੀਤੇ, ਉਹ ਕਹਿੰਦੇ ਇਹ ਤੇ ਉਹਦੇ ਤੋਂ ਵੀ ਵਧੀਆ ਵਾ ਕੁਲਚਾ। ਤਾਂ ਉਹ ਫਿਰ ਇੱਕ ਵਾਰੀ ਕਹਿੰਦਾ ਵੀ ਖੋਏ ਵਾਲਾ, ਸੁਣ ਕੇ ਕਹਿੰਦੇ ਆ ਵੀ ਖੋਏ ਵਾਲਾ ਕੁਲਚਾ, ਚਲੋ ਇੱਕ ਵਾਰ ਇੱਕ ਲਗਾਓ। ਲਗਾ ਕੇ ਫਿਰ ਉਹ ਅਗਲਾ ਹੋਰ ਵੀ ਕਹਿੰਦਾ ਵੀ ਚਲੋ ਖੋਏ ਵਾਲਾ ਕੁਲਚਾ, ਨਾ ਹੀ ਮੈਂ ਸੁਣਿਆ, ਮੈਂ ਕਿਤੇ ਅੰਮ੍ਰਿਤਸਰ ਜਾਂ ਚੰਡੀਗੜ੍ਹ ਵਗੈਰਾ ਡਰਾਈ ਫਰੂਟ ਕੁਲਚਾ ਵੀ ਮੈਂ ਸੁਣਿਆ। ਹਾਂ, ਪਹਿਲਾਂ ਇਹਦੇ ਵਿੱਚ ਡਰਾਈ ਫਰੂਟ ਹੋ ਜਾਂਦਾ ਸੀ, ਉਹ ਬਹੁਤ ਹੈਵੀ ਹੋ ਜਾਂਦਾ ਸੀ ਥੋੜ੍ਹਾ ਜਿਹਾ, ਫਿਰ ਇਸ ਕਰਕੇ ਡਰਾਈ ਫਰੂਟ ਕੱਢ ਦਿੱਤਾ ਉਹਦੇ। ਅਕਸਰ ਜੇਕਰ ਗੱਲ ਕਰੀਏ ਕੁਲਚੇ ਦੀ, ਅੰਮ੍ਰਿਤਸਰੀ ਨਾਨ, ਅੰਮ੍ਰਿਤਸਰੀ ਕੁਲਚਾ ਤਾਂ ਬਹੁਤ ਮਸ਼ਹੂਰ ਹੈ, ਔਰ ਦੇਖਿਆ ਕਿ ਆਲੂ ਵਾਲਾ ਕੁਲਚਾ, ਪਨੀਰ ਵਾਲਾ ਕੁਲਚਾ ਤਾਂ ਦੇਖਿਆ, ਪਿਆਜ਼ ਵਾਲਾ ਕੁਲਚਾ, ਗੋਭੀ ਵਾਲਾ ਕੁਲਚਾ, ਲੇਕਿਨ ਖੋਏ ਵਾਲਾ ਕੁਲਚਾ ਇੱਕ ਵੱਖਰੀ ਹੀ ਇੱਕ ਰੈਸਪੀ ਹੈ, ਖੋਏ ਵਾਲਾ ਕੁਲਚਾ ਜਿਹੜਾ ਕਿ ਗੁਰਦਾਸਪੁਰ ਦੇ ਬਟਾਲਾ ਤੋਂ ਮਿਲਦਾ, ਔਰ ਖਾਸ ਇੱਕ ਰੈਸਪੀ ਹੈ, ਔਰ ਇਹ ਰੈਸਪੀ ਸ਼ਾਇਦ ਕਿਸੇ ਨੇ ਸੁਣੀ ਹੋਏਗੀ, ਖੋਏ ਵਾਲਾ ਕੁਲਚਾ। ਇਹ ਇਹਦੇ ਵਿੱਚ ਕਿਵੇਂ ਤੁਸੀਂ ਰੈਸਪੀ ਕ੍ਰੀਏਟ ਕੀਤੀ ਤੇ ਖਾਣ ਵਿੱਚ ਕਿਵੇਂ ਦਾ ਹੋਊਗਾ? ਮੇਰੇ ਨਾ ਰਿਸ਼ਤੇਦਾਰ ਆਏ ਨੇ ਆਪਾਂ ਨੂੰ, ਹਾਂਜੀ, ਤੇ ਉਹਨਾਂ ਨੇ ਆਣ ਕੇ ਉਹ ਮੇਰੇ ਕੋਲ ਸਮਾਨ ਖਤਮ ਹੋ ਗਿਆ। ਉਸ ਵੇਲੇ ਮੈਂ ਭੰਡਾਰੀ ਮਹੱਲੇ ਰੇਹੜੀ ਲਗਾਉਂਦਾ ਸੀ ਉਸ ਵੇਲੇ, ਤੇ ਉਦੋਂ ਉਹਨਾਂ ਨੂੰ ਕੁਲਚਾ, ਜਦੋਂ ਉਹ ਕਹਿੰਦੇ ਵੀ ਜਗਦਮ ਹੀ ਆ ਗਏ, ਉਹ ਕਹਿੰਦੇ ਵੀ ਆਪਾਂ ਕੁਲਚਾ ਖਾਣਾ। ਮੈਂ ਨਾਲ ਰਿਸ਼ਤੇਦਾਰ ਹੋਰ ਬੰਦੇ ਵੀ ਨਾਲ ਲੈ ਕੇ ਆਏ, ਤੇ ਉਹ ਸੋਲਨ ਤੋਂ ਵੀ ਬੰਦੇ ਆਏ ਸੀ ਨਾਲ, ਅੰਮ੍ਰਿਤਸਰ ਤੋਂ ਵੀ, ਸੋਲਨ ਤੋਂ ਵੀ। ਉਹਨਾਂ ਨੂੰ ਮੈਂ ਕਿਹਾ ਵੀ ਹੁਣ ਬਣਾਉਣਾ ਵੀ ਹੈ ਰਿਸ਼ਤੇਦਾਰ, ਮੈਂ ਕਿਹਾ ਤੁਹਾਨੂੰ ਚਲੋ ਮੈਂ ਆ ਜਾਂਦਾ ਨਵੇਂ ਰੈਸਲੀ ਵਧਾ ਕੇ ਮੈਂ ਖਾਣਾ। ਉਹ ਫਿਰ ਮੈਂ ਉਹਨਾਂ ਨੂੰ ਉਦੋਂ ਲਾਇਆ ਕੁਲਚਾ, ਪਹਿਲਾਂ ਮੈਂ ਦੋ ਕੁਲਚੇ ਲਗਾਏ, ਮੈਂ ਕਿਹਾ ਟੇਸਟ ਲੱਗਣੇ ਕਿ ਨਹੀਂ ਲੱਗਣੇ, ਤੇ ਉਹ ਉਹਨਾਂ ਨੇ ਟੇਸਟ ਕੀਤੇ, ਉਹ ਕਹਿੰਦੇ ਇਹ ਤੇ ਉਹਦੇ ਤੋਂ ਵੀ ਵਧੀਆ ਵਾ ਕੁਲਚਾ। ਅੰਮ੍ਰਿਤਸਰ ਵਾਲੇ ਵੀ ਸੀ, ਅੰਮ੍ਰਿਤਸਰੀ ਤੇ ਅੰਮ੍ਰਿਤਸਰੀ ਨਾਨ ਖਾ ਕੇ ਰਾਜੀ ਹੁੰਦੇ ਨੇ? ਹਾਂਜੀ ਹਾਂਜੀ ਹਾਂਜੀ, ਅੰਮ੍ਰਿਤ ਯਾਨੀ ਕਿ ਕੰਮ ਮੈਂ ਅੰਮ੍ਰਿਤਸਰ ਤੋਂ ਸਿੱਖਿਆ ਹੈ। ਅੱਛਾ, ਕੰਮ ਮੈਂ 84 ਦੇ ਵਿੱਚ ਹਾਥੀਗੜ੍ਹ ਬੰਬੇ ਵਾਲੇ ਖੂਹ ਬਾਗ ਵਾਲੀ ਗਲੀ ਦੇ ਵਿੱਚ ਆਪਾਂ ਰੇਹੜੀ ਲਗਾਉਂਦੇ, ਕਿਉਂਕਿ ਅੰਮ੍ਰਿਤਸਰ ਦੇ ਨਾਨ ਜਿਹੜੇ ਮੈਂ ਕੰਮ, ਮੇਰਾ ਉਸਤਾਦ ਲਾਭ ਸਿੰਘ ਹੈ ਤੇ ਉਹ ਅੱਜ ਕੱਲ੍ਹ ਜਲੰਧਰ ਹੁੰਦੇ ਆ, ਉਹਨਾਂ ਕੋਲ ਮੈਂ ਕੰਮ ਸਿੱਖਿਆ ਹੈ। ਬਿਲਕੁਲ, ਆਹ ਹੁਣ ਕੁਲਚੇ ਤੁਸੀਂ ਲਾਏ ਆ ਜਿਹੜੇ, ਇਹ ਜਿਹੜੇ ਫਿਰ ਲੋਕ ਜਿਹੜੇ ਆ ਦੂਰੋਂ ਵੀ ਖਾਣ ਆਉਂਦੇ ਹੋਣਗੇ, ਖੋਏ ਵਾਲਾ ਕੁਲਚਾ ਹੀ ਇੱਕ ਚੀਜ਼ ਸਪੈਸ਼ਲ ਜਿਹੜਾ ਵੀ ਆ ਬੰਦਾ ਕਿਤੋਂ ਵੀ ਆਉਂਦਾ ਵਾ, ਉਹ ਫਿਰ ਇੱਕ ਵਾਰੀ ਕਹਿੰਦਾ ਵੀ ਖੋਏ ਵਾਲਾ, ਸੁਣ ਕੇ ਕਹਿੰਦੇ ਆ ਵੀ ਖੋਏ ਵਾਲਾ ਕੁਲਚਾ, ਚਲੋ ਇੱਕ ਵਾਰ ਇੱਕ ਲਗਾਓ। ਲਗਾ ਕੇ ਫਿਰ ਉਹ ਅਗਲਾ ਹੋਰ ਵੀ ਕਹਿੰਦਾ ਵੀ ਚਲੋ। ਕਿੰਨੀ ਦੇਰ ਹੋ ਗਈ ਹੈ ਭਾਜੀ ਤੁਹਾਨੂੰ ਕੰਮ? ਮੈਨੂੰ 40 ਸਾਲ ਤੋਂ ਉੱਪਰ ਹੋ ਗਏ। ਤੇ ਇਹ ਜਿਹੜੀ ਕਾਰਡ ਕੱਢੀ ਜਿਹੜੀ ਖੋਏ ਵਾਲੇ ਕੁਲਚੇ ਦੀ ਰੈਸਪੀ, ਇਹ ਮੈਨੂੰ 22 ਸਾਲ ਹੋ ਗਏ, 22 ਸਾਲ ਹੋ ਗਏ। ਮੇਰੇ ਜੀਆਈ ਆਏ ਸੀ, ਮੇਰੇ ਮੈਰਿਜ ਉਹਨਾਂ ਦੀ ਥੋੜਾ ਜਿਹੀ ਹੋਈ ਸੀ, ਤੇ ਉਹ ਆਪਣੇ ਲੈ ਕੇ ਆਏ ਯਾਰ ਦੋਸਤ। ਅੱਛਾ, ਇਹ ਮੈਨੂੰ ਦੱਸੋ ਕਿ ਤੁਸੀਂ ਕੁਲਚਾ ਵੀ ਵੇਖ ਲਓ, ਕੁਲਚਾ ਲੱਗੇ ਤੇ ਤੁਹਾਡਾ ਹੋ ਜੇ ਇਹ ਮੱਛੇ ਦੇਖਦੇ ਹੋਣਾ ਨਾ ਬਿਲਕੁਲ। ਅੱਛਾ, ਇਹ ਤੇ ਇਹਨੂੰ ਬਣਾਉਂਦਾ ਵੀ ਫਿਰ ਢੰਗ, ਇਹਨੂੰ ਬਿਲਕੁਲ ਦੀਵੇ ਦੀ ਲੋ ਜਿਹੜੀ ਹੈ ਨਾ ਉਹ ਹੁਣ ਜੇ ਤੇ ਸਿੱਕੇ ਦੇ ਵਿੱਚ ਇਹ ਕੁਲਚਾ ਨਹੀਂ ਲੱਗੇ, ਇਹ ਫਟ ਜਾਏਗਾ। ਕਦੀ ਇਹ ਮਤਲਬ ਹੋਰ ਵੀ ਕਿਸੇ ਨੇ ਕੋਸ਼ਿਸ਼ ਕੀਤੀ ਆ ਕੇ ਕਿ? ਹਾਂਜੀ ਹਾਂਜੀ ਹਾਂਜੀ, ਮੇਰੇ ਬ੍ਰਦਰ ਹੈਗੇ ਦੋ, ਉਹ ਵੀ ਲਗਾਉਂਦੇ ਰਹੇ ਆ ਪਰ ਉਹਨਾਂ ਕੋਲ ਨਹੀਂ ਲੱਗੇ। ਲੋਕਾਂ ਨੇ ਸ਼ੁਰੂ ਕੀਤੇ ਸੀ ਹੋਰ, ਪਰ ਉਹਨਾਂ ਕੋਲ ਬਣੇ ਨਹੀਂ ਹੈਗੇ। ਉਹਨਾਂ ਨੇ ਫਿਰ ਇਹ ਕਹਿਣ ਦਾ ਮਤਲਬ ਕਿ ਨੰਦੀ ਜਿਹੜਾ ਮਸ਼ਹੂਰ ਆ ਖੋਏ ਵਾਲੇ ਕੁਲਚੇ ਕਰਕੇ? ਖੋਏ ਵਾਲਾ ਕੁਲਚਾ, ਹਾਂਜੀ ਖੋਏ ਵਾਲਾ ਕੁਲਚਾ, ਨਾ ਹੀ ਮੈਂ ਸੁਣਿਆ, ਮੈਂ ਕਿਤੇ ਅੰਮ੍ਰਿਤਸਰ ਜਾਂ
ਚੰਡੀਗੜ੍ਹ ਵਗੈਰਾ ਡਰਾਈ ਫਰੂਟ ਕੁਲਚਾ ਵੀ ਮੈਂ ਸੁਣਿਆ ਹਾਂ ਪਹਿਲਾਂ ਪਹਿਲਾਂ ਇਹਦੇ ਵਿੱਚ ਡਰਾਈ ਫਰੂਟ ਹੋ ਜਾਂਦਾ ਸੀ ਉਹ ਬਹੁਤ ਹੈਵੀ ਹੋ ਜਾਂਦਾ ਸੀ ਥੋੜਾ ਜਿਹਾ ਫਿਰ ਇਸ ਕਰਕੇ ਡਰਾਈ ਫਰੂਟ ਕੱਢ ਦਿੱਤਾ ਉਹਦੇ ਵਿੱਚੋਂ ਮਤਲਬ ਜੇ ਤਾਂ ਜੇ ਕੋਈ ਆ ਕੇ ਡਿਮਾਂਡ ਕਰੇ ਕਿ ਡਰਾਈ ਫਰੂਟ ਕੁਲਚਾ ਵੀ ਲਾਣਾ ਤੇ ਫਿਰ ਜ਼ਰੂਰ ਉਹਦੇ ਪਾ ਦੇ ਹੋਰ ਵੀ ਕੋਈ ਇਹੋ ਜਿਹਾ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਹੋਰ ਸਮਾਨ ਵੀ ਪਾਇਆ ਜਾਵੇ ਜਾਂ ਕੁਝ ਨਹੀਂ ਹੋਰ ਬਸ ਇਹਦੇ ਨਾਲ ਜਿੰਨਾ ਨੈਚੁਰਲ ਜਿਹੜਾ ਕੁਲਚਾ ਖਾਣ ਦੇ ਵੀ ਟੇਸਟ ਲੱਗੇ ਤੇ ਪਚ ਵੀ ਜਾਏ ਉਸ ਹਿਸਾਬ ਨਾਲ ਇਹ ਕੁਲਚਾ ਬਣਾਇਆ ਇਹਦੇ ਵਿੱਚ ਦੋ ਤਿੰਨ ਮਸਾਲੇ ਇਹ ਆ ਕਿ ਜਿਹੜਾ ਕਵਰਿੰਗ ਕਰ ਦਿੰਦਾ ਸਾਰਾ ਕੁਝ ਖੋਇਆ ਨੂੰ ਮਸਾਲੇ ਵੀ ਆਪ ਤਿਆਰ ਕੀਤੇ ਜਾਂਦੇ ਹਾਂਜੀ 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 ਮਸਾਲੇ ਮੈਂ ਸਾਰੇ ਹੀ ਆਪਣੇ ਸਾਬਤ ਲਿਆ ਕੇ ਆਪਣੇ ਗ੍ਰਾਇੰਡਰ ਆਪ ਕਰੀ ਦੇ ਜੇ ਇੱਕ ਦੋ ਲਿਆਈਦਾ ਤੇ ਉਹ ਐਮਡੀ ਦਾ ਦੇ ਬਿਲਕੁਲ ਤੁਸੀਂ ਦੇਖ ਰਹੇ ਹੋ ਤਸਵੀਰਾਂ 'ਚ ਕੁਲਚਾ ਵੀ ਵਿਖਾਵਾਂਗੇ ਤਿਆਰ ਹੋਇਆ ਤੇ ਇੱਕ ਖੋਏ ਵਾਲਾ ਕੁਲਚਾ ਔਰ ਕਹਿੰਦੇ ਕਿ ਆਪ ਖੁਦ ਮਸਾਲੇ ਤਿਆਰ ਕਰਦੇ ਆ ਔਰ ਇੱਕ ਰੈਸਪੀ ਤਿਆਰ ਹੋ ਗਈ ਕੋਈ ਸੋਚ ਕੇ ਰੈਸਪੀ ਨਹੀਂ ਤਿਆਰ ਕੀਤੀ ਲੇਕਿਨ ਇਹ ਰੈਸਪੀ ਤਿਆਰ ਤਾਂ ਹੋ ਗਈ ਲੇਕਿਨ ਹੁਣ ਇਹ ਕੁਲਚਾ ਜਿਹੜਾ ਇੱਕ ਬਹੁਤ ਜ਼ਿਆਦਾ ਡਿਮਾਂਡ ਵਿੱਚ ਰਹਿੰਦਾ ਦਿਖਾਓ ਭਾਜੀ ਕੀ ਕਹਿ ਰਹੇ ਹੋ ਇਹ ਸਾਡੇ ਚਨੇ ਦੇ ਇਹ 'ਚ ਵੀ ਨੈਚੁਰਲ ਮਸਾਲੇ ਹੈ ਅੱਛਾ ਜੀ ਹਾਂਜੀ ਇਹ ਸਾਡੀ ਚਟਨੀ ਹੈ ਪਤੀਨੇ ਦੀ ਸਾਡੇ ਦੇ ਕਈ ਲੋਕ ਨਾ ਚਟਨੀ ਜ਼ਿਆਦਾ ਪਸੰਦ ਕਰਦੇ ਆ ਅੱਛਾ ਜੀ ਇਹਦੇ ਨਾਲ ਵੀ ਕਹਿੰਦੇ ਜ਼ਿਆਦਾ ਚਟਨੀ ਪਾ ਦਿਓ ਵੀ ਇਹ ਚਟਨੀ ਜ਼ਿਆਦਾ ਟੇਸਟ ਲੱਗਦੀ ਹੈ ਬਿਲਕੁਲ ਤੁਸੀਂ ਤਸਵੀਰਾਂ 'ਚ ਦੇਖਿਆ ਕਿ ਖੋਏ ਵਾਲਾ ਕੁਲਚਾ ਹੁਣ ਕੁਲਚਾ ਵੀ ਤਿਆਰ ਹੋ ਕੇ ਜਦੋਂ ਤਿਆਰ ਹੁੰਦਾ ਤਾਂ ਉਹ ਵੀ ਦਿਖਾਉਂਦੇ ਆ ਕੁਲਚਾ ਕਿਵੇਂ ਦਾ ਇੱਕ ਵੱਖਰਾ ਹੀ ਇੱਕ ਇਹ ਕਹਿ ਲਈਏ ਕਿ ਆਲੂ ਵਾਲਾ ਕੁਲਚਾ ਜਾਂ ਗੋਭੀ ਵਾਲਾ ਕੁਲਚਾ ਪਿਆਜ਼ ਵਾਲਾ ਕੁਲਚਾ ਤਾਂ ਸੁਣਿਆ ਖੋਏ ਵਾਲਾ ਕੁਲਚਾ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਖੋਏ ਵਾਲਾ ਕੁਲਚਾ ਵੀ ਤਿਆਰ ਹੁੰਦਾ ਇਹ ਜਿਹੜਾ ਕੁਲਚਾ ਇੱਥੇ ਖਾ ਰਹੇ ਹੋ ਸਰ ਮੇਰੀ ਉਮਰ ਤਕਰੀਬਨ 42 ਈਅਰਸ ਦਾ ਮੈਂ ਪਰ 20 ਸਾਲ ਤੋਂ ਮੈਂ ਨੰਦੀ ਦਾ ਕੁਲਚਾ ਖਾ ਰਿਹਾ ਹੈ ਬਹੁਤ ਅਲਟੀਮੇਟ ਕੁਲਚਾ ਬਣਦਾ ਔਰ ਖਾਣ 'ਚ ਵੀ ਇੰਨਾ ਕੁ ਸਵਾਦ ਹੈ ਕਿ ਕੁਛ ਕਿਹਾ ਲਫ਼ਜ਼ ਨਹੀਂ ਹੈਗੇ ਇਹਨੂੰ ਕੁਛ ਕਹਿਣ ਦੇ ਪਰ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਜਦੋਂ ਆਪਾਂ ਗੱਲ ਕਰਦੇ ਖੋਏ ਵਾਲਾ ਕੁਲਚਾ ਇੱਕ ਵੱਖਰਾ ਜਿਹਾ ਲੱਗਦਾ ਸੁਣਨ 'ਚ ਬਿਲਕੁਲ ਵੱਖਰਾ ਜਿਹਾ ਲੱਗਦਾ ਇਹਦਾ ਟੇਸਟ ਵੀ ਅਲੱਗ ਤੁਹਾਨੂੰ ਲੱਗੇਗਾ ਇਹ ਖਾਣ 'ਚ ਤੁਹਾਨੂੰ ਇੱਦਾਂ ਮੂੰਹ 'ਚ ਬੈਠ ਕੇ ਘੁੱਲ ਜਾਂਦੀ ਹੈ ਨਾਲ ਹੀ ਪਿਆਮ ਬਾਕੀ ਕੁਲਚਾ ਦੇ ਵੀ ਲੇਅਰਸ ਉੱਤੇ ਚੁੱਕੋ ਜਾਂ ਕੁਲਚਾ ਖਾ ਲਓ ਇੱਕ ਅਲੱਗ ਤਰ੍ਹਾਂ ਦਾ ਪਿਆਰ ਹੈ ਇੱਕ ਵੀ ਆਮ ਲੰਬੀ ਹੈ ਤੁਹਾਨੂੰ ਖਵਾ ਰਿਹਾ ਬਹੁਤ ਵਧੀਆ ਹੈ ਬਹੁਤ ਵਧੀਆ ਹਾਂਜੀ ਭਾਜੀ ਮੈਨੂੰ ਇੱਧਰ ਆਉਂਦੇ 3 ਸਾਲ ਹੋ ਗਏ ਹੈ ਅਤੇ ਮੈਨੂੰ ਭਾਜੀ ਨੇ ਹੀ ਦੱਸਿਆ ਸੀ ਇਹਨਾਂ ਦੇ ਬਾਰੇ ਕਿ ਇਹਨਾਂ ਦਾ ਕੁਲਚਾ ਬਹੁਤ ਮਸ਼ਹੂਰ ਹੈਗਾ ਜੀ ਕੁਲਚੇ ਤਾਂ ਤੁਹਾਨੂੰ ਬੜੀ ਥਾਵਾਂ ਤੋਂ ਮਿਲਣਗੇ ਪਰ ਇਹਨਾਂ ਦੇ ਕੁਲਚੇ ਦੇ ਕੁਝ ਗੱਲ ਹੀ ਅਲੱਗ ਹੈ ਜਿਵੇਂ ਕਹਿੰਦੇ ਨਾ ਅੰਮ੍ਰਿਤਸਰ ਦਾ ਪਾਣੀ ਕੁਛ ਹੋਰ ਚੀਜ਼ ਹੈ ਉੱਦਾਂ ਹੀ ਇਹਨਾਂ ਨੰਦੀ ਭਾਈ ਦਾ ਕੁਲਚਾ ਕੁਛ ਹੋਰ ਹੀ ਚੀਜ਼ ਹੈਗੀ ਖਾਸ ਕਰ ਇਹਨਾਂ ਦਾ ਖੋਏ ਵਾਲਾ ਕੁਲਚਾ ਜੀ ਖੋਏ ਵਾਲਾ ਕੁਲਚਾ ਤੇ ਤੁਸੀਂ ਕਹਿ ਰਹੇ ਹੋ ਤੇ ਫਿਰ ਰੈਸਪੀ ਕਦੀ ਕਿਸੇ ਨੇ ਮੰਗਣ ਦੀ ਨਹੀਂ ਕੋਸ਼ਿਸ਼ ਕੀਤੀ ਕਿ ਰੈਸਪੀ ਦੱਸ ਦਿਓ ਯਾਰ ਹਾਂਜੀ 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 ਇਹ ਨਾ ਦੁਬਈ ਤੋਂ ਕਿਸੇ ਨੇ ਨਾ ਸ਼ੈਫ ਮੰਗਾਇਆ ਸੀ ਤੇ ਇਹਨਾਂ ਨੇ ਗਾਜ਼ੀਆਬਾਦ ਖੋਲਣ ਦੀ ਰੈਸਟੋਰੈਂਟ ਖੋਲਿਆ ਤਾ ਸੀ ਉਹਨਾਂ ਨੇ ਸਾਡੇ ਨਾਲ ਦੇ ਗੁਆਂਢੀਆਂ ਦੇ ਰਿਸ਼ਤੇਦਾਰ ਸੀ ਜਵਾਈ ਉਹਨਾਂ ਦੇ ਪਹਿਲਾਂ ਉਹ ਉੱਥੇ ਰਹਿੰਦੇ ਸੀ ਦੁਬਈ ਅਤੇ ਉਹਨਾਂ ਨੇ ਸ਼ੈਫ ਉੱਥੋਂ ਮੰਗਾਏ ਅਤੇ ਉਹ ਕੁਲਚਾ ਉਹਨਾਂ ਨੇ ਕਿਹਾ ਵੀ ਉੱਥੇ ਸ਼ੁਰੂ ਕਰਨਾ ਵਾ ਅਤੇ ਕੁਲਚਾ ਸ਼ੁਰੂ ਕੀਤਾ ਅਤੇ ਉਹੋ ਜਿਹਾ ਸਪੋਰਟ ਨਹੀਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਆਪ ਹੀ ਟੇਸਟ ਕਰਕੇ ਵੇਖਿਆ ਵੀ ਜੋ ਸਾਡੇ ਅੰਕਲ ਲੱਗਦੇ ਸਾਹਮਣੇ ਉਹਨਾਂ ਵਰਗਾ ਟੇਸਟ ਨਹੀਂ ਆਇਆ ਕੁਲਚੇ ਦਾ ਅਤੇ ਚਲੋ ਤੁਹਾਡੀ ਗੱਲ ਕਰਨ ਨਾਲ ਉਹਨਾਂ ਨੇ ਫੋਨ ਲਾ ਕੇ ਵੀਡੀਓ ਕਾਲ ਲਗਾ ਕੇ ਅਤੇ ਮੇਰੇ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਆਪਣੀ ਭਾਅ ਜੀ ਇਹ ਕਿਸ ਤਰ੍ਹਾਂ ਇਹਦਾ ਰੈਸਪੀ ਮੈਂ ਤਾਂ ਕਿਸ ਤਰ੍ਹਾਂ ਲਗਾਉਣਾ ਮੈਂ ਡੋ ਇਹਦੀ ਕਿਸ ਤਰ੍ਹਾਂ ਲਗਾਉਣੀ ਕਿੰਨੇ ਕਿੰਨੀ ਲਾਉਣੀ ਬਿਲਕੁਲ ਅਤੇ ਮੈਂ ਉਹਨਾਂ ਨੂੰ ਕਿਹਾ ਪਹਿਲਾਂ ਤਾਂ ਮੈਂ ਕਿਹਾ ਦੱਸੋ ਤੁਸੀਂ ਹੁਣ ਉਹ ਕਹਿੰਦੇ ਵੀ ਸਰ ਮੈਂ ਨਾ ਇਹਨਾਂ ਨੇ ਮੈਂ ਉਹਨਾਂ ਦਾ ਸ਼ੈਫ ਬੋਲ ਰਿਹਾ ਅੱਛਾ ਜੀ ਮਤਲਬ ਉਹ ਰੈਸਟੋਰੈਂਟ 'ਚ ਸ਼ੈਫ ਜਿਹੜੇ ਸੀ ਉਹ ਤੁਹਾਡੇ ਕੋਲ ਕੋਸ਼ਿਸ਼ ਕਰ ਰਹੇ ਕਿ ਰੈਸਪੀ ਦੱਸੇ ਹਾਂਜੀ ਹਾਂਜੀ ਅਤੇ ਉਹਨਾਂ ਨੇ ਵੀ ਮੇਰੇ ਕੋਲ ਰੈਸਪੀ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਨੂੰ ਰੈਸਪੀ ਮੈਂ ਕਿਹਾ
ਮੈਂ ਸਰ ਉਹਨਾਂ ਨੂੰ ਸਾਫ ਹੀ ਕਹਿ ਦਿੱਤਾ, ਮੈਂ ਸਰ ਜੀ ਕੋਈ ਰਸਮੀ ਸਿਰਾ ਦਿੰਦਾ ਵਾ, ਤੁਸੀਂ ਆਪ ਹੀ ਯਕੀਨ ਕਰੋ। ਇਹ ਮਤਲਬ ਕਿ ਹਾਂਜੀ ਉਹਨਾਂ ਨੇ ਬੜਾ ਫੀਲ ਕੀਤਾ ਤੇ ਕਹਿੰਦੇ ਵੀ ਠੀਕ ਹੈ। ਉਹਨਾਂ ਨੇ ਮੇਰੇ ਨਾਲ ਦੁਬਾਰਾ ਗੱਲ ਨਹੀਂ ਕੀਤੀ, ਉਹਨਾਂ ਨੇ ਉਹਨਾਂ ਨੂੰ ਫੋਨ ਫੜਾਤਾ। ਬਿਲਕੁਲ, ਤੇ ਵਿਦੇਸ਼ਾਂ ਚ ਵੀ ਕਹਿੰਦੇ ਕੁਲਚੇ ਭੇਜ ਦਿੰਦੇ ਹੋ? ਹਾਂਜੀ ਹਾਂਜੀ ਹਾਂਜੀ, ਮੇਰਾ ਨਿਊਜ਼ੀਲੈਂਡ ਦੇ ਵਿੱਚ ਵੀ ਮੇਰੇ ਕੋਲ ਥੋੜਾ ਜਿਹਾ ਕੰਮ ਸਿੱਖੇ ਤੇ ਉਹਨਾਂ ਨੇ ਰੈਸਟੋਰੈਂਟ ਹੀ ਪਾ ਲਿਆ ਉੱਥੇ, ਔਰ ਮੇਰੇ ਅਲਫਾ ਫੋਰਟੀ ਵਾਲਿਆਂ ਦੇ ਤੇ ਉਹਨਾਂ ਦੀ ਮੈਂ ਉਹਨਾਂ ਦੇ ਮੈਰਿਜ ਤੇ ਲਾਇਆ ਸੀ, ਉਹਨਾਂ ਦੇ ਬੇਟੇ ਦੇ ਮੈਰਿਜ ਤੇ ਕੁਲਚੇ ਘਰ ਉਹਨਾਂ ਦੇ, ਤੇ ਉਹਨਾਂ ਨੇ ਬੜੇ ਪਸੰਦ ਕੀਤੇ। ਉਹਨਾਂ ਨੂੰ ਫਿਰ ਮੈਂ ਪੈਕ ਕਰਕੇ ਨਾ ਕੁਲਚੇ ਭੇਜੇ ਇੰਗਲੈਂਡ। ਉਹ ਕਹਿੰਦੇ ਭਾਜੀ ਉਹ ਤੇ ਫਲਾਈਟ ਤੇ ਜਾਣੇ, 2 ਦਿਨ ਰਹਿਣੇ, 3 ਦਿਨ ਰਹਿਣੇ, ਉਹ ਕਿੱਦਾਂ ਫਿਰ? ਉਹਦੀ ਰੈਸਪੀ ਜਿਹੜੀ ਨਾ ਮੈਂ ਵੱਖਰੀ ਬਣਾ ਕੇ, ਉਹਦੀ ਰੈਸਪੀ ਜਿਹੜੀ ਨਾ ਵੱਖਰੀ ਬਣਾਈ। ਉਹਦੇ ਵਿੱਚ ਆਪਾਂ ਕੁਛ ਮਸਾਲੇ ਹੁੰਦੇ ਆ ਉਹ ਨਹੀਂ ਯੂਜ ਕਰਦੇ, ਤੇ ਵੱਖਰੇ ਉਹ ਜਿਹੜੇ ਜਿਹੜੇ ਖਰਾਬ ਹੋਣ ਵਾਲੇ, ਜਿਹੜੇ ਕੁਲਚੇ ਨੇ ਖਰਾਬ ਹੋਣੇ, ਉਹਦੀ ਰੈਸਪੀ ਜਿਹੜੀ ਆ ਦੁੱਧ ਦੇ ਵਿੱਚ ਗੁੰਨਣੀ। ਬਿਲਕੁਲ, ਤੁਸੀਂ ਸੁਣਿਆ ਕਿ ਜਿੱਥੇ ਆਪਾਂ ਗਾਹਕਾਂ ਨਾਲ ਵੀ ਗੱਲ ਕੀਤੀ, ਉੱਥੇ ਹੀ ਆਪਾਂ ਇੱਕ ਖੋਏ ਵਾਲਾ ਕੁਲਚੇ ਦੀ ਗੱਲ ਕਰਦੇ ਹਾਂ। ਜਦੋਂ ਖੋਏ ਵਾਲਾ ਕੁਲਚਾ ਇੱਕ ਵੱਖਰੀ ਰੈਸਪੀ ਆ, ਔਰ ਜਿੱਥੇ ਇਹ ਖੋਏ ਵਾਲਾ ਕੁਲਚਾ ਬਣਾ ਰਹੇ ਨੇ ਉੱਥੇ ਇਹ ਕਹਿਣਾ ਕਿ ਇੱਥੋਂ ਵਿਦੇਸ਼ ਵੀ ਜਾਂਦੇ ਨੇ ਕੁਲਚੇ, ਔਰ ਉਸ ਕੁਲਚੇ ਜਿਹੜੇ ਵਿਦੇਸ਼ਾਂ 'ਚ ਜਾਂਦੇ ਨੇ, ਅਮੈਰੀਕਾ ਜਾਂਦਾ ਜ਼ਿਆਦਾ, ਖਾਸ ਕਰਕੇ ਕੁਛ ਗ੍ਰਾਹਕ ਇਹੋ ਜਿਹੇ ਨੇ ਜਿਹੜੇ ਅਮੈਰੀਕਾ ਦੇ ਵਿੱਚ ਨੇ, ਉਹ ਜਦੋਂ ਵੀ ਪੰਜਾਬ ਆਉਂਦੇ ਨੇ ਤੇ ਇੱਥੋਂ ਆ ਕੇ ਕੁਲਚੇ ਵੀ ਖਾਂਦੇ ਨੇ, ਨਾਲ ਪੈਕ ਕਰਕੇ ਲੈ ਕੇ ਜਾਂਦੇ ਨੇ। ਉਹ ਕੁਲਚੇ ਦੀ ਵੀ ਰੈਸਪੀ ਇੱਕ ਵੱਖਰੀ ਹੈ, ਔਰ ਇੱਕ ਵੱਖ ਤਰ੍ਹਾਂ ਦਾ ਕੁਲਚਾ। ਜਿਵੇਂ ਅੱਜ ਤੁਹਾਨੂੰ ਦੱਸਿਆ ਕਿ ਇੱਕ ਨਾਨ, ਗੋਭੀ ਵਾਲਾ ਨਾਨ ਸੁਣਿਆ, ਡਰਾਈ ਫਰੂਟ ਵਾਲਾ ਨਾਨ ਵੀ ਇੱਕ ਵੱਖਰਾ ਸੁਣਿਆ, ਲੇਕਿਨ ਖੋਏ ਵਾਲਾ ਨਾਨ ਇਸੇ ਹੀ ਜਗ੍ਹਾ ਤੋਂ ਮਿਲਿਆ। ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ, ਜਗਬਾਣੀ ਟੀਵੀ ਲਈ ਗੁਰਦਾਸਪੁਰ।